ਵਿਚਾਰਾ ਮਾੜਾ ਬੰਦਾ ਧਿਆਨ ਮੁੰਨ ਟੁਰਨ ਲੱਗ ਪਿਆ ਇਹਨਾਂ ਦੀ ਇਹ ਹੋ ਗਿਆ ਐਨ ਟੁਰਨ ਲੱਗ ਪਿਆ ਇਹ ਮਾੜਾ ਬੰਦਾ ਉਹ ਮਾੜਾ ਹੋ ਗਿਆ ਜਿਹੜਾ ਤਗੜਾ ਸੀ ਉਹ ਵਿਚਾਰਾ ਇੰਜ ਹੋ ਗਿਆ ਇਸ ਟਾਈਮ ਮੇਰੇ ਦਿਲ ਵਿੱਚ ਗਾਲੀਆਂ ਨਿਕਲੀਆਂ ਅਯਾ ਜ਼ਰਦਾਰੀ ਹਰੀ ਤੁਸਾਂ ਮੁਲਕ ਨੂੰ ਲੁੱਟ ਕੇ ਖਾ ਰਿਆ ਆਵਾਮ ਦਾ ਕੀ ਹਾਲ ਛੱਡਿਆ ਜੀ ਘਰ ਚ 200 ਯੂਨਿਟਾਂ ਬਲੀਆਂ ਹੁੰਦੀਆਂ ਨੇ ਬਿੱਲ ਕਿੰਨਾ 12000 ਰੁਪਿਆ ਬਿੱਲ ਕਿੰਨਾ 7000 ਰੁਪਿਆ ਹੁਣ ਬੰਦਾ ਮਾੜਾ ਬੰਦਾ ਕੀ ਕਰੇ ਬੱਚਿਆਂ ਨੂੰ ਪੜ੍ਹਾਏ ਕਿ ਬਿੱਲ ਹੀ ਧਾਰੇ ਇਹਨਾਂ ਨੂੰ ਆਵਾਮ ਦਾ ਕੋਈ ਫਿਕਰ ਨਹੀਂ ਇਹਨਾਂ ਨੂੰ ਆਪਣੀਆਂ ਬੋਝੀਆਂ ਦਾ ਫਿਕਰ ਹੋਏ ਤੇ ਬਲੋਚਿਸਤਾਨ ਸਿੰਧ ਚ ਪਹੁੰਚਣ ਜਾ ਕੇ ਉਹਨਾਂ ਦੇ ਕੰਮ ਵੇਖਣ ਉਹਨਾਂ ਦੇ ਘਰ ਤਬਾਹ ਬੱਚਿਆਂ ਨੂੰ ਰੋਟੀ ਆ ਨਹੀਂ ਕੀ ਮਾਮਲਾ ਦੇ ਉੱਥੇ ਦੇ ਇਹਨਾਂ ਨੂੰ ਕੋਈ ਫਿਕਰ ਨਹੀਂ ਇਹਨਾਂ ਨੂੰ ਸਿਰਫ ਆਪਣੀ ਜ਼ਾਤ ਦੀ ਫਿਕਰ 6-6000 ਰੁਪਿਆ ਬਿੱਲ ਆਣ ਡਿਆ ਗਰੀਬ ਆਦਮੀ ਕਿੱਥੇ ਜਾਏ ਫਿਊਲ ਐਡਜਸਟਮੈਂਟ ਟੈਕਸ ਉਹਨੇ ਟੈਕਸ ਸਾਡੇ ਆ ਸੀ ਗਰੀਬਾਂ ਸਹੀ ਉਹ ਕਿਰਾਇਆ ਜੀ ਬੰਦਾ ਜਿਹਦਾ 10000 ਰੁਪਿਆ ਕਿਰਾਇਆ ਦੇਣਾ ਉਹ ਕਿੱਥੇ ਜਾਏ ਕੀ ਕਰੇਗਾ 20000 ਰੁਪਿਆ ਕਿਰਾਇਆ ਦੇਗਾ ਉਹ ਕਿਹੜੇ ਮਜ਼ਦੂਰੀ 1000 ਰੁਪਿਆ ਵੀ ਨਹੀਂ 800 ਰੁਪਿਆ ਨੂਲੀ ਕਹਿ ਰਹੀ ਹੈ ਕਿ ਖਾਨ ਸਾਹਿਬ ਜੋ ਹੈ ਉਹ ਆਪਣੀ ਜ਼ਾਤੀ ਇਨਾਕ ਲਈ ਪਾਕਿਸਤਾਨ ਕੋ ਤਬਾਹ ਕਰ ਰਹੇ ਹਨ ਜਦਕਿ ਖਾਨ ਸਾਹਿਬ ਆਪਕੀ ਆਜ਼ਾਦੀ ਕੇ ਲਈ ਨਿਕਲੇ ਹੋਏ ਹਨ ਬਿਲਕੁਲ ਜੀ ਆਜ਼ਾਦੀ ਕੇ ਲਈ ਨਹੀਂ ਨਿਕਲੇ ਹੋਏ ਹਨ ਬਾਤ ਇਹ ਹੈ ਕਿ ਆਜ਼ਾਦੀ ਕੀ ਬਾਤ ਨਹੀਂ ਹੈ ਬਾਤ ਇਹ ਹੈ ਕਿਸੇ ਕੋ ਹਮਾਰੀ ਪਰਵਾਹੀ ਕੋਈ ਨਹੀਂ ਹੈ ਠੀਕ ਹੈ ਚਾਹੇ ਉਹ ਨੂਨ ਹੈ ਚਾਹੇ ਉਹ ਇਹ ਪੀਪਲ ਪਾਰਟੀ ਹੈ ਚਾਹੇ ਉਹ ਪੀਡੀਆਈ ਹੈ ਕੋਈ ਆਵਾਮ ਕੇ ਹੱਕ ਮੈਂ ਨਹੀਂ ਸੋਚ ਰਹਾ ਇਤਨੀ ਕਿ ਮੁਲਕ ਮੈਂ ਭੈੜਾ ਹਾਲ ਹੈ ਕੌਣ ਕੌਣ ਸੀ ਬਾਤ ਬਤਾਊਂ ਮੈਂ ਆਪਕੋ ਇੱਕ ਛੋਟਾ ਸਾ ਵਾਕਿਆ ਬਤਾਤਾ ਹੂੰ ਹਮ ਦੋਸਤੋਂ ਕੇ ਸਾਥ ਸੇਵਨ ਮੇਂ ਗਏ ਥੇ ਸੇਵਨ ਮੇਂ ਹਮਨੇ ਹੋਟਲ ਵਾਲੇ ਕੋ ਬੋਲਾ ਆਮਲੇਟ ਬਣਾਉਣਾ ਆਤਾ ਹੈ ਵੋ ਕਹਤਾ ਨਹੀਂ ਹੈ ਉਸਕੋ ਬੋਲਾ ਅੰਡੇ ਮਿਲ ਜਾਏਂਗੇ ਕਹਤਾ ਹੈ ਹਾਂ ਮਿਲ ਜਾਏਂਗੇ ਉਸਨੇ ਬੰਦਾ ਹਮਾਰੇ ਸਾਥ ਭੇਜਾ ਹਮ ਇੱਕ ਗਾਉਂ ਮੇਂ ਅੰਡੇ ਲੈਣੇ ਗਏ ਹੈ ਗਾੜੀ ਲੈ ਕੇ ਗਏ ਹੈ ਤੋ ਵਹਾਂ ਸੇ ਇੱਕ ਬਜ਼ੁਰਗ ਨਿਕਲੇ ਹੈ ਉਹਨੇ ਹਾਥ ਮੇਂ ਆਈਡੀ ਕਾਰਡ ਪਕੜਾ ਹੁਆ ਥਾ ਉਹ ਜਨਾਬ ਮੈਨੇ ਕਿਹਾ ਯਾਰ ਇਹ ਆਈਡੀ ਕਾਰਡ ਕਿਉਂ ਲੈ ਕੇ ਆ ਗਏ ਹੈ ਕਹਤਾ ਵੇਟਰ ਨੇ ਮੁਝੇ ਬਤਾਇਆ ਕਿ ਇਹ ਜਨਾਬ ਇਲੈਕਸ਼ਨੋਂ ਕੇ ਦੌਰਾਨ ਇਨ ਦੋਵੋਂ ਮੇਂ ਗਾੜੀਆਂ ਆਤੀ ਹੈ ਲੋਕ ਪੈਸੇ ਦੇ ਕੇ ਇਨਸੇ ਵੋਟ ਲੈ ਲੈਤੇ ਹੈ ਠੀਕ ਹੈ ਮੈਂ ਹੈਰਾਨ ਹੋ ਗਿਆ ਉਹ ਬੰਦਾ ਮੇਰੇ ਪਾਉਂ ਕੋ ਆ ਕੇ ਹੱਥ ਲਗਾਉਣ ਲੱਗਾ ਤਾ ਮੇਰੇ ਬਾਪ ਕੀ ਉਮਰ ਕਾ ਥਾ ਮੈਂ ਦੇਖ ਮੈਂ ਉਸ ਟਾਈਮ ਮੇਰੇ ਦਿਲ ਮੇਂ ਇਹ ਗਾਲੀਆਂ ਨਿਕਲੀ ਹੈ ਅਯਾ ਜ਼ਰਦਾਰੀ ਹਰੀ ਤੁਸਾਂ ਮੁਲਕ ਨੂੰ ਲੁੱਟ ਕੇ ਖਾ ਰਿਹਾ ਆਵਾਮ ਦਾ ਕੀ ਹਾਲ ਛੱਡਿਆ ਜੀ ਜੇ ਲੁੱਟ ਕੇ ਖਾ ਰਿਹਾ ਬਲਾਵਲ ਤੇ ਕਹਿੰਦਾ ਕਿ ਜਿੰਨੀ ਤਰੱਕੀ ਸਿੰਧ ਨੇ ਕੀਤੀ ਹੋਈ ਹੈ ਪੰਜਾਬ ਕੀ ਪੂਰੇ ਪਾਕਿਸਤਾਨ ਝੂਠ ਬੋਲਦੇ ਨੇ ਝੂਠ ਬੋਲਦੇ ਨੇ ਝੂਠ ਬੋਲਦੇ ਨੇ ਖੁਦਾ ਸ਼ਾਇਦ ਮੈਂ ਨਮਾਜ਼ ਪੜ੍ਹ ਕੇ ਆਇਆ ਝੂਠ ਬੋਲਦੇ ਨੇ ਇਹਨਾਂ ਕੋਲ ਝੂਠ ਦੇ ਇਲਾਵਾ ਕੰਮ ਹੀ ਕੋਈ ਠੀਕ ਹੈ ਮੈਨੂੰ ਤਾਂ ਹਾਲੇ ਤੱਕ ਇਹੀ ਲੱਗਿਆ ਕੰਮ ਹੀ ਕੋਈ ਨਹੀਂ ਝੂਠ ਦੇ ਇਲਾਵਾ ਇਹਨਾਂ ਦਾ ਸਿਰਫ ਇੱਕੋ ਹੀ ਮਕਸਦ ਹੈ ਪੈਸੇ ਬਣਾਉਣਾ ਠੀਕ ਹੈ ਇਕਤਦਾਰ 'ਚ ਆਉਂਦੇ ਨੇ ਪੈਸੇ ਬਣਾਉਂਦੇ ਨੇ ਜਿਹੜੇ ਵੀ ਆਉਂਦੇ ਨੇ ਪੈਸੇ ਬਣਾਉਂਦੇ ਨੇ ਠੀਕ ਹੈ ਆਵਾਮ ਦਾ ਕੁਝ ਨਹੀਂ ਸੋਚਦੇ ਪਏ ਆਵਾਮ ਭੁੱਖੀ ਹੈ ਕੁਝ ਕੁਝ ਕੋਈ ਮਸਲੇ ਨਾਲ ਨਾ ਸਾਨੂੰ ਲੇਕਿਨ ਇਹਨਾਂ ਨਾਲ ਬਿਹਤਰ ਹੈ ਇਹਨਾਂ ਨਾਲ ਕਰੋੜ ਦਰਜੇ ਬਿਹਤਰ ਹੈ ਇਹ ਕੀ ਕਰਦੇ ਉਹ ਤਾਂ ਕਹਿੰਦੇ ਨੇ ਸਾਰਾ ਮੁੜਕ ਦਾ ਬੇੜਾ ਹੀ ਉਹਨੇ ਨਹੀਂ ਉਹਨੇ ਨਹੀਂ ਰੋੜਿਆ ਜਿਹੜਾ ਪਿੱਛੇ 30-35 ਸਾਲ ਤੋਂ ਹਕੂਮਤਾਂ ਕਰਦੇ ਰਹੇ ਨੇ ਇਹਨਾਂ ਨੇ ਰੋੜਿਆ ਕਿ ਉਹਨੇ ਰੋੜਿਆ ਇਹਨਾਂ ਨੇ ਰੋੜਿਆ ਉਹਨੇ ਨੇ ਸਾਨੂੰ ਆ ਕੇ ਸ਼ੌਰ ਦਿੱਤਾ ਕਿ ਵੇਖੋ ਕੀ ਕਰਦੇ ਪਏ ਜੇ ਸਾਡੇ ਨਾਲ ਉਹ ਚੋਰ ਇੱਕ ਨੰਬਰ ਦਾ ਉਹ ਆਪੀ ਚੋਰ ਨੇ ਉਹਨਾਂ ਨੂੰ ਆਵਾਮ ਨਾਲ ਕੋਈ ਗਰਜ ਨਹੀਂ ਹਕੀਕਤ ਜ਼ਲੀਲ ਕਰਦੇ ਨੇ ਸਾਨੂੰ ਐਸ ਜ਼ਿਆਦਾ ਜ਼ਲੀਲ ਕਰਦੇ ਨੇ ਕਿ ਘਰ ਚ 200 ਯੂਨਿਟਾਂ ਬਲੀਆਂ ਹੁੰਦੀਆਂ ਨੇ ਬਿੱਲ ਕਿੰਨਾ 12000 ਰੁਪਿਆ ਬਿੱਲ ਕਿੰਨਾ 7000 ਰੁਪਿਆ ਹੁਣ ਬੰਦਾ ਮਾੜਾ ਬੰਦਾ ਕੀ ਕਰੇ ਬੱਚਿਆਂ ਨੂੰ ਪੜ੍ਹਾਏ ਕਿ ਬਿੱਲ ਹੀ ਧਾਰੇ ਕਹਿੰਦੇ ਮੁਸ਼ਕਲ ਵਕਤ ਤੇ ਖੁਸ਼ਹਾਲੀ ਦੀ ਤਰਫ ਜਾ ਰਹੇ ਆ ਕੋਈ ਖੁਸ਼ਹਾਲੀ ਦੀਵਾਲੀਆ ਹੋਂ ਤਾਂ ਵਿਚਾਰੇ ਜਿਹੜਾ ਖਾਨ ਸਾਹਿਬ ਲੈ ਗਿਆ ਉਹ ਨਹੀਂ ਨਹੀਂ ਦੀਵਾਲੀਆ ਹੋਂ ਤੋਂ ਇਹ ਦੀਵਾਲੀਆ ਹੋਂ ਤੋਂ ਨਹੀਂ ਵਿਚਾਰੇ ਸਿਰਫ ਆਪਣੇ ਕਰਪਸ਼ਨ ਖਤਮ ਕਰਨੇ ਨੇ ਆਪਣੇ ਕੇਸ ਖਤਮ ਕਰਨ ਵਾਲੇ ਕੀ ਕਤਾ ਹੈ ਅੱਛਾ ਆਵਾਮ ਵਾਸਤੇ ਨਹੀਂ ਨਿਕਲੇ ਨਹੀਂ ਆਵਾਮ ਦਾ ਦਰਦ ਲੈ ਕੇ ਨਿਕਲੇ ਨਹੀਂ ਨਹੀਂ ਆਵਾਮ ਦਾ ਦਰਦ ਕੋਈ ਨਹੀਂ ਲੈ ਕੇ ਨਿਕਲੇ ਵਿਸ਼ਵਾਸ਼ੀ ਜਿਹੜਾ ਕੱਪੜੇ ਵੇਚਦਾ ਸੀ ਉਹਦੀ ਕੀ ਵਜ੍ਹਾ ਹੈ ਉਹ ਆਪਣੇ ਕੱਪੜੇ ਵੇਚ ਕੇ ਕੀ ਆਟਾ ਕਹਿੰਦਾ ਸੀ ਆਵਾਮ ਲੈ ਸਕਦੀ ਉਹ ਨਹੀਂ ਲੈ ਸਕਦੀ ਓਏ ਸਭ ਝੂਠ ਹੈ ਸਭ ਝੂਠ ਹੈ ਇਹ ਡਰਾਮੇਬਾਜ਼ੀ ਕਰਦੇ ਨੇ ਸਿਰਫ ਕਰਨ ਹੀ ਡਰਾਮੇਬਾਜ਼ੀ ਆਏ ਨੇ ਜਨਾਬ ਹੈ ਹਕੀਕਤ ਵੀ ਆਇਆ ਭਾਈ ਸਾਹਿਬ ਆਵਾਮ ਦਾ ਫਿਰ ਦਰਦ ਕਿੰਨੂੰ ਹੈ ਨਾ ਨੂਰ ਨੂੰ ਹੈ ਨਾ ਪੀਪੀ ਨੂੰ ਹੈ ਖਾਨ ਸਾਹਿਬ ਨੂੰ ਤਾਂ ਕਹਿੰਦੇ ਨੇ ਹੈ ਅੱਲਾਹ ਕੀ ਇਹੀ ਦੁਆ ਹੈ ਕਿ ਯਾ ਅੱਲਾਹ ਪਾਕਿਸਤਾਨ ਨੂੰ ਕੋਈ ਗੈਰਤਮੰਦ ਹੁਕਮਰਾਨ ਲੀਡਰ ਅਤਾ ਫਰਮਾ ਜਿਹੜਾ ਇਸ ਮੁਲਕ ਨੂੰ ਬਚਾਇਆ ਅੱਲਾਹ ਦੇ ਨਬੀ ਦੇ ਇਲਾਵਾ ਇਸ ਮੁਲਕ ਨੂੰ ਜਿਹੜਾ ਹੈ ਨਾ ਕੋਈ ਨਹੀਂ ਚੱਕਰ ਬਚਾਉਣ ਵਾਲਾ ਜਿਹੜਾ ਆਉਂਦਾ ਪਿਆ ਆਪਣੇ ਮਤਲਬ ਨੂੰ ਇਸਤੇਮਾਲ ਕਰਦਾ ਪਿਆ ਕੋਈ ਐਂਜੇ ਕੋਈ ਉਂਜ ਹਕੀਕਤ ਉਹ ਨਹੀਂ ਉਹ ਤੇ ਇੱਕ ਨੰਬਰ ਦਾ ਕਰਪਟ ਆਦਮੀ ਹੈ ਉਹਦੇ ਚਿਹਰੇ 'ਤੇ ਕੋਈ ਨੂਰ ਹੈ ਐਡੀ ਐਡੀ ਦਾੜੀ ਰੱਖੀ ਦੀ ਹੈ ਕੋਈ ਚਿਹਰੇ 'ਤੇ ਕੋਈ ਨੂਰਾਨੀ ਨੂਰ ਹੈ
14वीं सदी के मौलवी ने जो मौलवी ने ना मौलाना है उन्होंने चेहरा के नूर है ठीक है जेड़े दीन इस्लाम की मिम्बरे रसूल से बह के गल करते हैं उन्होंने चेहरे के नजूर नूर है। मैं साकब साहब की गल करना तारक जमील साहब की करना और काफ़ी मौलवी ने उन्होंने गल करना वो गल करद दर्द रखते हैं यदा की चक्कर है। ये कश्मीर कमेटी का 35 साल सदर रहा कभी कश्मीर कमेटी के हक च बोले है बार्डर फायरिंग होने लग पैंदी ध्यान उधर बटा देने आवाम का इधर रहे ही ना सलाब आया बलोचिस्तान जेडे ये अल्लाह की आफत आई दी है पहले नंबर पर ठीक है ये 14वीं सदी है इसमें बड़ा कुछ होना है ठीक है इन्होंने आवाम का कोई फिक्र नहीं इन्हों अपन बोझियों का फिक्र होए तो बलोचिस्तान सिंध च पहुँचन जाके उन्होंने काम वेखन उन्होंने घर तबाह बच्चों रोटी है नहीं की मामला उत्थे तो इन्हों कोई फिक्र नहीं इन्होंने सिर्फ अपनी जात की फिक्र है जी बिल्कुल सारे ही बोले हन सिर्फ ए मरदे मुजाहिद जिन्हे मुंह चो ना निकलता एना तो कभी तफीक ही नहीं हुई बोलन की मैं कहना फिर इन्हों बहुत बेहतर है करोड़ दर्जे बेहतर है ठीक है ओनू पैसे ना नहीं आवाम ना करते नवाज शरीफ बेहतर होंगे साढ़े नाल रहा वो लंदन जी जाके भैन इलाज कराने के बहाने गया उत्थे ही फिक्स हो गया ओनू तो इतने की दर्दी कोई नहीं हाँ उत्थे जाके बीमारी वाला कोई चक्कर है यदा है असं भी वेखने आम सोशल मीडिया से उत्थे तो इंज फिरदा जिस तरह उत्थे तो आवाम ने इन्हों जीना हराम कढ़िया जिथे मर्जी जान ठीक है हूँ आवाम ने इन्हों चोर ही आखना जाहरी बात है वड्डिया ये अल्लाह जानता बेहतर जी वो आ रहा कि नहीं आ रहा लेकिन वो ना की करते ने पे लेकिन खुदा शायद है ठीक है कि जेड़ा है ना मुलक दे हक च सोचने वाला मनु इमरान खान के अलावा कोई बंदा नहीं चंगा वो चोर चोर एक नंबर का वड्डा चोर है उन्हें तो सारा घराना उन्होंने खत्म करवा छड़े है शबाज शरीफ ने इन्ना दर्द होंगे दिल से पत्थर रख के कोई फैसला करते हैं बिजली वही है घ्यो महंगा होंगे पेट्रोल महंगा होंगे दिल से पत्थर रखे जाते हैं मरियम ने तो नवाज शरीफ की सियासत खत्म की है जी मरियम ने तो सियासत खत्म की है वो सियासतदान थी आप ही बाहर टुर गया वो रहा आवाम ही नाल निकलती ਉਹ ਨਿਕਲੇ ਉਹ ਤਾਂ ਨੱਸ ਗਏ ਹੈ ਅੱਛਾ ਮੀਆਂ ਸਾਹਿਬ ਆਉਂਦੇ ਨੇ ਸਪੋਰਟ ਕਰੋਗੇ ਉਹਨਾਂ ਨੂੰ ਮੀਆਂ ਸਾਹਿਬ ਕਿਦੋਂ ਆਉਣਗੇ ਮੀਆਂ ਸਾਹਿਬ ਦੀ ਉੱਥੋਂ ਬਾਡੀ ਆਉਣੀ ਹੈ ਮੀਆਂ ਸਾਹਿਬ ਨਹੀਂ ਇੱਥੇ ਆਉਂਦੇ ਬਾਡੀ ਆਏਗੀ ਕੀ ਕਹਦੇ ਨਹੀਂ ਮੀਆਂ ਨਹੀਂ ਆਉਂਦਾ ਇਨਕਲਾਬ ਨਹੀਂ ਆਏਗਾ ਫਿਰ ਮੈਂ ਤੈਨੂੰ ਦੱਸਿਆ ਨਾ ਕਿ ਮੀਆਂ ਨਹੀਂ ਆਉਂਦਾ ਮੀਆਂ ਇੱਥੇ ਇਥੋਂ ਜਾਂਦਾ ਹੀ ਨਾ ਬਿਮਾਰ ਸੀ ਤੇ ਇੱਥੇ ਇੱਕ ਪਾਕਿਸਤਾਨ 'ਚ ਇਹਨਾਂ ਦੇ ਕੋਈ ਹਸਪਤਾਲ ਨਹੀਂ ਬਣਿਆ ਜਿਹੜਾ ਇਲਾਜ ਕਰਾ ਸਕਣ ਲੰਡਨ ਤੋਂ ਚੰਗੇ ਹਸਪਤਾਲ ਆ ਪਾਕਿਸਤਾਨ 'ਚ ਬਣਾਏ ਤੇ ਇਲਾਜ ਵੀ ਇੱਥੋਂ ਹੀ ਕਰਾਣ ਇੱਥੇ ਕੋਈ ਆਪਣੇ ਆਸੇ ਕੋਈ ਹਸਪਤਾਲ ਬਣਾ ਲੈਣ ਜਿੱਥੋਂ ਇਹ ਹੀ ਸਿਆਸਤਦਾਨ ਇਲਾਜ ਕਰਾ ਲੈਣ ਆਵਾਮ ਦਾ ਨਾ ਸੋਚਣਾ ਆਪਣੀ ਇਲਾਜ ਕਰਾ ਲੈਣ ਪਾਕਿਸਤਾਨ 'ਚ ਤਾਂ ਰਹਿਣ ਨਾ ਕਮ ਸੇ ਕਮ ਲੇਕਿਨ ਉਹ ਚੱਕਰ ਹੀ ਕੋਈ ਨਹੀਂ ਮਿਹਰਬਾਨੀ ਤੁਹਾਡੀ ਕੀ ਆਖਿਆ ਤੁਹਾਨੂੰ ਮੈਂ ਕਿਹਾ ਗਰੀਬਾਂ ਸਿੰਘ ਇੱਥੇ ਹਸਪਤਾਲ ਚੰਗਾ ਤੇ ਉਹ ਆਪਣੇ ਆਸੇ ਉਹਨਾਂ ਨੇ ਕਿੱਥੇ ਬਣਾਉਣਾ ਹੈ ਸਮਝ ਤੇ ਨਾਲੇ ਭਾਜੀ ਬਿੱਲ ਜਿਹਦੇ ਆਉਂਦੇ ਨੇ 1900 ਰੁਪਇਆ ਬਿੱਲੀ ਦਾ ਬਲਿਆ ਦਾ ਤੇ 6-6000 ਰੁਪਇਆ ਬਿੱਲ ਆਣ ਡਿਆ ਗਰੀਬ ਆਦਮੀ ਕਿੱਥੇ ਜਾਏ ਫਿਊਲ ਐਡਜਸਟਮੈਂਟ ਟੈਕਸ ਉਹਨੇ ਟੈਕਸ ਸਾਡੇ ਆਸੇ ਹੀ ਗਰੀਬਾਂ ਆਸੇ ਹੀ ਟੈਕਸ ਸਾਡੇ ਆਸੇ ਹੀ ਉਹ ਕਿਰਾਏ ਤੋਂ ਵੀ ਬੰਦਾ ਜਿਹਨੇ 10000 ਰੁਪਇਆ ਕਿਰਾਇਆ ਦੇਣਾ ਉਹ ਕਿੱਥੇ ਜਾਏਗਾ ਕੀ ਕਰੇਗਾ 20000 ਰੁਪਇਆ ਕਿਰਾਇਆ ਦੇਗਾ ਉਹ ਕਿਹੜੇ ਮਜ਼ਦੂਰੀ 1000 ਰੁਪਇਆ ਵੀ ਨਹੀਂ 800 ਰੁਪਇਆ ਉਹ ਕਿੱਥੇ ਜਾਏਗਾ ਠੀਕ ਉਹ ਤਾਂ ਇਹਨੇ ਤਿੰਨ ਗੁਣਾ ਮਜ਼ਦੂਰੀ ਉਹ ਮਜ਼ਦੂਰੀ ਕਿੱਥੇ ਵੱਧ ਗਈ ਘਟਾ ਵੱਧ ਗਈ ਉਹ ਤੇ ਕੋਸ਼ ਹੋ ਜੇ ਕੋਈ ਕਰ ਲੇ ਆਪਣਾ ਧੱਕਾ ਸਟਾਰ ਜਿਹੜਾ 8 ਘੰਟੇ ਦੀ ਡਿਊਟੀ ਕਰਦਾ ਉਹ 15 12 ਘੰਟੇ ਕਰ ਲੇ 14 ਕਰ ਲੇ ਉਹ ਆਪਣੀ ਮਰਜ਼ੀ ਆ ਹੁਣ ਤੇ ਵਿਚਾਰਾ ਮਾੜਾ ਬੰਦਾ ਤੇ ਐਨ ਟੁਰਨ ਲੱਗ ਪਿਆ ਇਹਨਾਂ ਦੀ ਹੋ ਗਿਆ ਐਨ ਟੁਰਨ ਲੱਗ ਪਿਆ ਇਹਨਾਂ ਮਾੜਾ ਹੋ ਗਿਆ ਜਿਹੜਾ ਤਗੜਾ ਸੀ ਉਹ ਵਿਚਾਰਾ ਇੰਜ ਹੋ ਗਿਆ ਠੀਕ ਹੈ ਇਹਦੀ ਵਜ੍ਹਾ ਵੀ ਕੋਈ ਵਜ੍ਹਾ ਕੀ ਹੈ ਮਹਿੰਗਾਈ ਨਹੀਂ ਕਾ ਚੜੀ ਦੀ ਠੀਕ ਹੈ ਪਰ ਮਹਿੰਗਾਈ ਤਾਂ ਹੁਣ ਕੰਟਰੋਲ ਹੋ ਜਾ ਉਹ ਪਤਾ ਨਹੀਂ ਕਿੱਥੇ ਆਉਣਾ ਹੈ ਇਹ ਸੁਣਦੇ ਹੀ ਆਣ ਨਹੀਂ ਇਹਨਾਂ ਦੀ ਇਹ ਲੱਗਦਾ ਨਹੀਂ ਕਿ 200 ਰੁਪਇਆ 150 ਰੁਪਏ ਕਿਲੋ ਜੀ 150 ਰੁਪਇਆ ਮੰਡੀਆਂ ਪੈਂਦਾ ਜੇ ਤੇ ਲਿਸਟ ਤੇ ਵੇਖ ਲਓ 86 ਰੁਪਏ ਕਿਲੋ ਲਿਖਿਆ ਤੇ ਮੰਡੀਆਂ 150 ਰੁਪਏ ਪੈਣ ਠੀਕ ਹੈ
आलू 80 रुपये बैन डे वाला चोरी को मजे 40 रुपये तरीब 35 रुपये बेची जाए तो मुश्किल कोई नहीं मुश्किल सारी मुश्किल एहसास कोई नहीं वो कपड़े भी उन्हें पाए थे ना लाए थे कोई नहीं ना बेचे ने उठे थे उठे ही नहीं वो आहो थे थे उठे ही नहीं दो दो ज़्यादा रिलीफ थे वो कोई नहीं मिले आगे सानू यहाँ में इनके गल्ला ही नहीं वो पता नहीं किन्नू मिले हैं सानू ना थी ना पूछे यार ना आगे सानू देता क्रिकेट दे दौर दे असी ओदे ना बेईमान बंदा अपने दिल नूं बस चंगा बस गल।